ਪੰਜਾਬ 'ਚ ਦਹਿਸ਼ਤ ਫੈਲਾਉਣ ਦੇ ਮਨੋਰਥ ਦੇ ਨਾਲ ਗਰਮਖਿਆਲੀ ਗੁਰਪ੍ਰਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਥਰਮਲ ਪਲਾਂਟ ਰਾਜਪੁਰਾ ਨੂੰ ਜਾਂਦੀ ਰੇਲਵੇ ਲਾਈਨ ਵਿੱਚੋਂ ਕਲੰਪ ਕਢਾ ਕੇ ਹਾਸਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਫਤਿਹਗੜ੍ਹ ਸਾਹਿਬ ਪੁਲਿਸ ਨੇ ਗੁਰਪ੍ਰਤਵੰਤ ਸਿੰਘ ਪੰਨੂ ਦੇ ਇਸ ਦਾਅਵੇ ਨੂੰ ਠੁੱਸ ਕਰਕੇ ਰੱਖ ਦਿੱਤਾ। DSP ਬੱਸੀ ਪਠਾਣਾ ਜਗਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਥਰਮਲ ਪਲਾਂਟ ਨੂੰ ਜਾ ਰਹੀ ਰੇਲਵੇ ਟਰੈਕ ਵਿੱਚੋਂ 1200 ਲਗਭਗ ਕਲੰਪ ਚੋਰੀ ਹੋਏ ਸਨ, ਜਿਨ੍ਹਾਂ ਵਿੱਚੋਂ 400 ਦੇ ਲਗਭਗ ਸ਼੍ਰੀ ਫਤਿਹਗੜ੍ਹ ਸਾਹਿਬ ਖੇਤਰ ਨਾਲ ਸੰਬੰਧਿਤ ਸਨ। ਉਹਨਾਂ ਦੱਸਿਆ ਕਿ ਬੱਸੀ ਪਠਾਣਾ ਪੁਲਿਸ ਵੱਲੋਂ 3 ਵਿਅਕਤੀਆਂ ਪਾਸੋਂ 230 ਰੇਲਵੇ ਸਲਿੱਪ ਅਤੇ 230 ਰੇਲਵੇ ਲਾਈਨਰ ਬਰਾਮਦ ਕੀਤੇ ਗਏ ਨੇ। ਉਹਨਾਂ ਇਹ ਵੀ ਦੱਸਿਆ ਕਿ ਥਾਣਾ ਸਰਹਿੰਦ 'ਚ ਦਰਜ ਇੱਕ ਮਾਮਲੇ ਦੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁੱਛਗਿੱਛ ਦੌਰਾਨ ਉਹਨਾਂ ਮੰਨਿਆ ਹੈ ਕਿ ਕਲਿੱਪ ਵੀ ਉਹਨਾਂ ਵੱਲੋਂ ਹੀ ਚੋਰੀ ਕੀਤੇ ਗਏ ਸਨ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਜਾਰੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। FIR ਥਾਣਾ ਬਡਾਲੀ ਵਾਲਾ ਸਿੰਘ ਦਰਜ ਹੋਈ ਸੀ, FIR ਨੰਬਰ 51-46-2022 ਨੂੰ। ਇਹ 'ਚ ਸਾਡੇ ਏਰੀਏ 'ਚੋਂ ਇੱਕ ਰੇਲਵੇ ਲਾਈਨ ਲੰਘਦੀ ਆ, ਜੋ ਪ੍ਰਾਈਵੇਟ ਆ ਰੇਲਵੇ ਲਾਈਨ, ਜਿਹੜੀ ਗ੍ਰਿੱਡ ਨੂੰ ਜਾਂਦੀ ਹੈ, ਜਿਹੜਾ ਬਿਜਲੀ ਵਾਲਾ ਰਾਜਪੁਰੇ ਵਾਲਾ ਗ੍ਰਿੱਡ ਆ ਉਹਨੂੰ ਜਾਂਦੀ ਹੈ, ਉਹ ਥਰਮਲ ਪਲਾਂਟ ਨੂੰ। ਉਹਦੇ 'ਚ ਸਾਡੇ ਜਿਹੜਾ ਉਹ ਥਰਮਲ ਪਲਾਂਟ ਨੂੰ ਜਿਹੜੀ ਜਾਂਦੀ ਆ, ਉਹਦੇ 'ਚ ਕਲਿੱਪ ਚੋਰੀ ਹੋ ਗਈ ਸੀ, ਜਿਹੜੀ ਰੇਲਵੇ ਲਾਈਨ ਨੂੰ ਬਾਇੰਡ ਕਰਕੇ ਰੱਖਦੇ ਆ, ਰੇਲਵੇ ਲਾਈਨ ਨੂੰ ਟਾਈਟ ਕਰਕੇ ਰੱਖਦੇ ਆ, ਦੋਵੇਂ ਪਾਸੇ ਲੱਗੇ ਹੁੰਦੇ ਆ, ਉਹ ਕਲਿੱਪ ਚੋਰੀ ਹੋ ਗਈ। ਕੋਈ ਕਲਿੱਪ ਟੋਟਲ 1200 ਦੇ ਕਰੀਬ ਕਲਿੱਪ ਚੋਰੀ ਹੋਏ ਸੀਗੇ ਅਤੇ ਪਲੱਸ ਲਾਈਨਰ। ਜਦੋਂ ਇਹਦਾ ਫਿਰ ਬਹੁਤ ਪੈਨਿਕ ਕ੍ਰੀਏਟ ਹੋ ਗਈ, ਉਹਨੇ ਜਿਹੜਾ ਪੰਨੂ ਆ ਉਹਨੇ ਇਹਦੀ ਉਹ ਕਿਹਾ ਵੀ ਇਹ ਮੈਂ ਕਰਵਾਏ ਆ, ਇੱਦਾਂ ਕੀਤਾ ਜੀ, ਉਹਦੇ ਕਰਕੇ ਬਹੁਤ ਹੋ ਗਿਆ ਵੀ ਮੈਂ ਗੱਡੀ ਨੂੰ ਐਂ ਕਰਨਾ ਸੀ, ਜਦੋਂ ਕਿ ਉਹ ਜਿਹੜਾ ਬਿਲਕੁਲ ਝੂਠ ਸੀਗਾ। ਇਹ 'ਚ ਕੋਈ ਵੀ ਇਹੋ ਜਿਹੀ ਸੱਚਾਈ ਨਹੀਂ ਹੈ। ਇਹ ਬੰਦੇ ਅਸੀਂ ਫੜਨੇ ਆ, ਇਹ ਬੰਦੇ ਪਹਿਲਾਂ ਫੜੇ ਉਹਨਾਂ ਨੇ ਸਰਹੰਦ ਵਾਲਿਆਂ ਨੇ, ਉਹਨਾਂ ਦਾ ਇੱਕ ਪਰਚਾ ਦਰਜ ਸੀਗਾ 47 ਨੰਬਰ 457-380 ਦਾ, ਬੈਟਰੀਆਂ ਚੋਰੀ ਦਾ। ਉਹਦੇ 'ਚ ਉਹਨਾਂ ਨੇ ਫੜੇ ਅਤੇ ਉਹਦੇ 'ਚ ਉਹ ਮੰਨੇ ਵੀ ਅਸੀਂ ਜਿਹੜੀ ਉਹ ਵਾਰਦਾਤ ਆ ਉਹ ਵੀ ਅਸੀਂ ਕੀਤੀ ਹੈ, ਅਤੇ ਫਿਰ ਅਸੀਂ ਇਹਨਾਂ ਨੂੰ ਪ੍ਰੋਡਕਸ਼ਨ ਮੰਡ 'ਤੇ ਲਿਆ ਕੇ ਅੱਜ ਅਸੀਂ ਇਹਨਾਂ ਕੋਲ ਰਿਕਵਰੀ ਵੀ ਕਰਾਈ ਹੈ। ਸਾਨੂੰ 220 ਦੇ ਕਰੀਬ ਉਹ ਕਲਿੱਪ ਮਿਲ ਗਏ ਅਤੇ ਲਾਈਨਰ ਮਿਲ ਗਏ, ਮੈਨੂੰ 220 ਦੇ ਕਰੀਬ ਉਹ ਅਤੇ 220 ਦੇ ਕਰੀਬ ਜਿਹੜੇ ਲਾਈਨਰ ਆ ਉਹ ਸਾਨੂੰ ਬਰਾਮਦ ਹੋ ਗਏ ਆ। ਅਲੱਗ ਅਲੱਗ ਕੋਲ ਅਲੱਗ ਅਲੱਗ ਬਰਾਮਦ ਹੋਏ ਆ, ਜਿਵੇਂ 3 ਦੋਸ਼ੀ ਨੇ ਸੋਮੇ ਕੋਲ 60 ਕਲਿੱਪ ਅਤੇ 65 ਦੂਜੇ ਲਾਈਨਰ ਬਰਾਮਦ ਹੋਏ ਆ। ਜਿਹੜਾ ਸੋਨੂ ਆ ਮੁੰਡਾ ਸੋਲੰਕੀ, ਉਹਦੇ ਕੋਲੋਂ 65 ਕਲਿੱਪ ਅਤੇ 65 ਲਾਈਨਰ, ਅਤੇ ਜਿਹੜਾ ਨੇਕ ਰਾਮ ਕੁਬਾੜੀ ਆ ਉਹਦੇ ਕੋਲ 85 ਕਲਿੱਪ ਅਤੇ 100 ਲਾਈਨਰ ਇਹ ਬਰਾਮਦ ਹੋਇਆ। ਚੋਰੀ ਕਰਨ ਵਾਲੇ ਸੀਗਾ ਸੋਮਾ ਤੇ ਸੋਨੂ, ਜਿਹੜਾ ਇਹ ਨੇਕ ਰਾਮ ਆ ਇਹਨੇ ਖਰੀਦੇ ਸੀ ਇੱਥੋਂ ਦਾ ਸਰਹੰਦ ਦਾ। ਆਪ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।